ਇਸ ਵਕਤ ਅਸੀਂ ਮੌਜੂਦ ਹਾਂ ਕਸਬਾ ਰਈਆ ਵਿਖੇ, ਰਈਆ ਦੀ ਫੇਰੂਮਾਨ ਰੋਡ 'ਤੇ ਮੌਜੂਦ ਹਾਂ, ਜਿੱਥੇ ਸੰਧੂ ਫਰਨੀਚਰ ਸ਼ੋਪ ਹੈ। ਇੱਥੇ ਅੱਜ NIA ਦੀ ਟੀਮਾਂ ਨੇ ਸਵੇਰੇ ਤੜਕੇ ਦਸਤਕ ਦਿੱਤੀ ਹੈ ਅਤੇ NIA ਨੇ ਰੇਡ ਕੀਤੀ ਹੈ। ਜਿਹੜੀ ਰੇਡ ਇਸ ਕਰਕੇ ਦੱਸੀ ਜਾਂਦੀ ਹੈ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਆਜ਼ਾਦ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਹੁਣੀ, ਉਹਨਾਂ ਦੇ ਜਿਹੜੇ ਇਹ ਰਿਸ਼ਤੇ ਦੇ ਵਿੱਚ ਚਾਚਾ ਜੀ ਲੱਗਦੇ ਨੇ, ਸਰਦਾਰ ਪ੍ਰਗਟ ਸਿੰਘ ਹੁਣੀ ਫਰਨੀਚਰ ਦਾ ਉਹਨਾਂ ਦਾ ਕੰਮ ਹੈ। ਹਾਲਾਂਕਿ ਜਿਸ ਵੇਲੇ NIA ਦੀਆਂ ਟੀਮਾਂ ਪਹੁੰਚੀਆਂ ਉਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ, ਉਹਨਾਂ ਦੇ ਧਰਮ ਪਤਨੀ ਮੌਜੂਦ ਸੀ। ਤਾਂ ਇਹ ਉਹਨਾਂ ਦੀ ਫਰਨੀਚਰ ਸ਼ੋਪ ਹੈ ਰਈਏ ਦੀ ਫੇਰੂਮਾਨ ਰੋਡ 'ਤੇ। ਤਾਂ ਇਸ ਜਗ੍ਹਾ ਦੇ ਉੱਤੇ ਅੱਜ NIA ਦੀਆਂ ਟੀਮਾਂ ਨੇ ਦਸਤਕ ਦਿੱਤੀ ਹੈ। ਤਾਂ ਅਸੀਂ ਉਹਨਾਂ ਕੋਸ਼ਿਸ਼ ਕਰਾਂਗੇ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਇਸ ਜਗ੍ਹਾ 'ਤੇ ਰੇਡ ਕੀਤੀ ਗਈ ਹੈ। ਤਾਂ ਘਰ ਦੇ ਵਿੱਚ ਜਿਹੜੀ ਹੈ ਉਹਨਾਂ ਨੇ NIA ਦੀਆਂ ਟੀਮਾਂ ਸਵੇਰੇ 5 ਵਜੇ ਪਹੁੰਚੀਆਂ ਸੀ, ਕਾਫੀ ਫੋਲਾਫਾਲੀ ਜਿਹੜੀ ਹੈ ਉਹਨਾਂ ਨੇ ਕੀਤੀ ਸੀ। ਤਾਂ ਇਸ ਜਗ੍ਹਾ 'ਤੇ ਫਰਨੀਚਰ ਸ਼ੋਪ ਹੈ, ਤਾਂ ਇਹ ਉਹਨਾਂ ਦੀ ਪ੍ਰਗਟ ਸਿੰਘ ਹੋਣਾ ਦੀ ਦੁਕਾਨ ਹੈ। ਤਾਂ ਕਾਰੋਬਾਰ ਕਰਦੇ ਨੇ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਰਿਸ਼ਤੇਦਾਰ, ਉਹ ਦੱਸੇ ਜਾਂਦੇ ਨੇ। ਘਰ ਦੇ ਅੰਦਰ ਵੀ ਜਾਣ ਦੀ ਅਸੀਂ ਜਿਹੜੀ ਕੋਸ਼ਿਸ਼ ਕਰਾਂਗੇ, ਪਰ ਇਸ ਜਗ੍ਹਾ ਦੇ ਉੱਤੇ ਜਿਹੜੀ ਟੀਮਾਂ NIA ਦੀਆਂ ਪਹੁੰਚੀਆਂ ਸੀ, ਤਾਂ ਉਹਨਾਂ ਨੇ ਪਹੁੰਚ ਕੇ ਜਿਹੜੀ ਹੈ ਉਹ ਰੇਡ ਕੀਤੀ। ਅਤੇ ਹਾਲਾਂਕਿ ਕੀ ਗੱਲਬਾਤ ਹੋਈ ਹੈ, ਜਿਹੜੀ ਪੁੱਛਗਿੱਛ ਹੈ ਪਰਿਵਾਰ ਦੇ ਕੁਝ ਮੈਂਬਰਾਂ ਦੇ ਕੋਲੋਂ, ਉਹ ਬਿਆਸ ਥਾਣੇ ਦੇ ਵਿੱਚ ਜ਼ਰੂਰ ਕੀਤੀ ਜਾ ਰਹੀ ਹੈ। ਜੋ ਜਾਣਕਾਰੀ ਮਿਲੀ ਹੈ ਕਿ ਜਿਹੜੀ ਉਹਨਾਂ ਦੇ ਪ੍ਰਗਟ ਸਿੰਘ ਹੋਣਾ ਦੇ ਧਰਮ ਪਤਨੀ ਨੇ ਅਮਰਜੀਤ ਕੌਰ, ਉਹਨਾਂ ਦੇ ਉਹਨਾਂ ਨੂੰ ਬਿਆਸ ਥਾਣੇ ਜਾਂ ਬਾਕੀ ਵੀ ਅੰਮ੍ਰਿਤਪਾਲ ਦੇ ਫਾਦਰ ਤਰਸੇਮ ਸਿੰਘ ਵੀ ਪਹੁੰਚੇ ਨੇ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਰਵਾਜ਼ਾ ਉਹਨਾਂ ਦਾ, ਜਿਹੜੇ ਘਰ ਦੇ ਕੋਈ ਜਿਹੜੇ ਇੱਥੇ ਲੜਕੇ ਦੁਕਾਨ 'ਤੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਮੌਜੂਦ ਨਹੀਂ ਨੇ। ਤਾਂ ਅਸੀਂ ਗੱਲਬਾਤ ਕਰਦੇ, ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਲੱਖਣ ਸਿੰਘ ਆ। ਸੁਲੱਖਣ ਸਿੰਘ ਜੀ, ਤੁਸੀਂ ਇੱਥੇ ਮੇਰਾ ਪਿੰਡ ਜੇਲੂਪੁਰ ਖੜ੍ਹੇ ਆ, ਸਾਡਾ ਦੋਵਾਂ ਭਾਈਆਂ ਦਾ, ਮੇਰਾ ਵੀ ਸੰਜੂ ਦਾ ਬਹੁਤ ਪ੍ਰੇਮ ਆ। ਅੱਛਾ, ਤੁਹਾਡਾ ਭਰਾ ਹੈ? ਦੋਸਤ ਆ, ਭਰਾ ਬਣਿਆ? ਦੋਸਤ ਆ ਜੀ, ਦੋਸਤ ਬਿਲਕੁਲ, ਇੱਕ ਜਾਣਾ ਹੀ ਇਕੱਠੇ ਰਹਿੰਦੇ ਆ, ਮੇਰਾ ਘਰ ਵੀ ਲੱਗ ਗਿਆ। ਕੀ ਗੱਲਬਾਤ ਹੋਈ ਹੈ ਜੀ? ਇਹ ਗੱਲਬਾਤ ਇਹੋ ਹੀ ਇਹਨਾਂ ਦੀ ਚੱਲਣ ਡਈ, ਸਾਨੂੰ ਤਾਂ ਹੁਣੇ ਪਤਾ ਲੱਗਾ ਵੀ ਆਹ ਕੰਮ ਹੋਇਆ। ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਿਉਂ ਪਈ ਆ, ਕਿਹੜੀ ਗੱਲੋਂ ਪਈ ਆ, ਇਹ ਗੱਲ ਦਾ ਨਹੀਂ ਹਾਲੇ ਕੋਈ ਪ੍ਰੂਫ ਹੈ, ਤੇ ਹੁਣ ਹੌਲੀ ਹੌਲੀ ਪਤਾ ਲੱਗੂ। ਤੇ ਫਿਰ ਘਰ ਦੇ ਵਿੱਚ ਜਿਹੜੇ ਸੀ, ਘਰ ਦੇ ਵਿੱਚ ਕੌਣ ਮੌਜੂਦ ਨੇ ਜੀ? ਘਰ ਦੇ ਵਿੱਚ ਇਹੋ ਹੀ ਆ, ਸੰਧੂ ਹੀ ਆ ਮੁਖਤਿਆਰ, ਇਹ ਸ਼ੋਪ ਇਹ ਜਗ੍ਹਾ ਦਾ ਮਾਲਕ ਉਹ ਹੀ ਆ। ਪ੍ਰਗਟ ਸਿੰਘ ਹੁਣੀ ਕਿੱਥੇ ਸੀਗੇ ਅੱਜ? ਆਪ ਹੈ ਨਹੀਂ? ਇਹ ਨਹੀਂ, ਮੈਂ ਨਹੀਂ ਇੱਥੇ ਹੈਗਾ, ਮੈਂ ਆਪਣੇ ਘਰ ਆ। ਹੁਣ ਘਰੋਂ ਜਿਹੜੀ ਲੈ ਕੇ ਗਏ ਕਿਸੇ ਨੂੰ ਪੁੱਛਗਿੱਛ ਕਰੋਗੇ? ਇਹਨਾਂ ਦੀ ਪ੍ਰਗਟ ਸਿੰਘ ਦੀ ਘਰ ਵਾਲੀ ਨੂੰ ਖੜਿਆ ਆਉਂਦੇ ਆ ਨਾਲ। ਬਾਰੀਆਂ ਜੋ ਆ ਸਭ ਫੋਲ ਕੇ, ਕੱਪੜਾ ਲੀੜਾ ਬਾਹਰ ਕੱਢ ਕੱਢ ਕੇ ਸੁੱਟਿਆ ਉਹਨਾਂ ਨੇ। ਫੋਨ ਲੈ ਗਏ ਜਿਹੜੇ ਉਹਨਾਂ ਦੇ, ਮਤਲਬ ਜੋ ਚੀਜ਼ ਉਹਨਾਂ ਕਰਨ ਵਾਲੀ ਉਹ ਲੈ ਗਏ ਆ, ਬਾਕੀ ਉਹਨਾਂ ਬਹੁਤ ਕੁਛ। ਜਿਹੜੇ ਨੌਜਵਾਨ ਨੇ ਇੱਥੇ ਮੌਜੂਦ, ਸਰ ਜੇ ਤੁਸੀਂ ਦੱਸ ਸਕੋ ਕੀ, ਇੱਕ ਮਿੰਟ ਇਹਨਾਂ ਦੱਸ ਦਿਓ ਕਿੰਨੇ ਵਜੇ ਦੀ ਗੱਲ ਹੈ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਮਸ਼ੇਰ ਸਿੰਘ। ਕੰਮ ਕਰਦੇ ਹੋ ਇੱਥੇ? ਹਾਂਜੀ, ਮੈਂ ਕੰਮ। ਚਲੋ ਇਹਨਾਂ ਦੱਸ ਦਿਓ ਤੁਸੀਂ ਕਿੰਨੇ ਵਜੇ ਆਏ ਸੀਗੇ? ਪਤਾ ਲੱਗਾ ਕਿੰਨੇ ਵਜੇ ਦੀ ਪਤਾ ਲੱਗਾ ਕਿੰਨੇ ਵਜੇ ਜਿਹੜੀ ਰੇਡ? ਨਹੀਂ, ਕੁਛ ਨਹੀਂ ਪਤਾ ਲੱਗਾ ਜੀ। ਦੁਕਾਨ ਤੇ ਅਕਸਰ ਕੌਣ ਕੌਣ ਹੁੰਦਾ ਵੈਸੇ ਇੱਥੇ? ਵੈਸੇ ਮੈਂ ਹੁੰਦਾ, ਆ ਵੀਰ ਹੁੰਦਾ, ਉਹ ਭਾਜੀ ਪ੍ਰਗਟ ਸਿੰਘ ਹੁਣੀ, ਪ੍ਰਗਟ ਸਿੰਘ ਹੁਣੀ ਹੁੰਦੇ। ਅੱਜ ਬਾਹਰ ਗਏ ਸੀ ਕਿਤੇ? ਅੱਜ ਘਰ ਵਿੱਚ ਨਹੀਂ ਹੈਗੇ ਜੀ। ਓਕੇ, ਹਾਂਜੀ। ਕਦੋਂ ਤੋਂ ਦੁਕਾਨ ਕਰ ਰਹੇ ਇੱਥੇ ਵੈਸੇ? ਦੁਕਾਨ ਕਰਦਿਆਂ ਨੂੰ ਸਾਨੂੰ 4 ਸਾਲ ਹੋ ਗਏ ਜੀ। 4 ਸਾਲ ਹੋ ਗਏ? ਹਾਂਜੀ।
ਉਹਨਾਂ ਨਾਲ ਕੀ ਰਿਸ਼ਤੇਦਾਰੀ ਹੈ ਸਰਦਾਰ ਸਾਹਿਬ ਦੀ ਅੰਮ੍ਰਿਤਪਾਲ ਸਿੰਘ ਹੋਣਾ ਨਾਲ? ਉਹਨਾਂ ਦੇ ਚਾਚਾ ਹੀ ਲੱਗਦਾ, ਚਾਚੇ ਤਾਏ ਆ, ਪ੍ਰੇਮ ਵੀ ਆ ਉਹਨਾਂ ਦਾ, ਇਕੱਠੇ ਦੁਬਈ ਰਹੇ ਆ, ਨੌਕਰੀ ਕਰਦੇ ਰਹੇ ਆ, ਬੜੇ ਆਪਣੀ ਉਹਨਾਂ ਦੀ ਇੱਕੋ ਗੱਲ ਹੀ ਆ, ਪਰ ਦੇਖੋ ਕੀ ਚੱਕਰ ਉਹਨਾਂ ਦਾ, ਕੀ ਰੱਬ ਜਾਣਦਾ ਆਪਾਂ ਕੀ ਕਹਿ ਸਕਦੇ ਹਾਂ। ਸਰਦਾਰ ਸਾਹਿਬ ਆਪ ਕਿੱਥੇ ਸੀਗੇ ਪ੍ਰਗਟ ਸਿੰਘ ਹੁਣੀ? ਘਰ ਨਹੀਂ ਹੈਗੇ ਜੀ, ਗਏ ਸੀ ਕੰਮ, ਗਏ ਸੀ। ਹਾਂਜੀ ਠੀਕ ਹੈ, ਤਾਂ ਬਿਲਕੁਲ ਇਹ ਜਿਹੜੇ ਅਸੀਂ ਘਰ ਦੇ ਜਿਹੜੇ ਇੱਥੇ ਮੌਜੂਦ ਨੇ, ਇੱਕ ਉਹਨਾਂ ਦੇ ਦੋਸਤ ਨੇ ਸਰਦਾਰ ਪ੍ਰਗਟ ਸਿੰਘ ਹੁਣਾਂ ਦੇ ਭਰਾ ਬਣੇ ਨੇ, ਦੁਕਾਨ 'ਤੇ ਜਿਹੜਾ ਲੜਕਾ ਕੰਮ ਕਰਦਾ ਸਰਦਾਰ ਸਾਹਿਬ ਵੀ ਇੱਥੇ ਮੌਜੂਦ ਨੇ, ਉਹਨਾਂ ਨੇ ਵੀ ਕੋਸ਼ਿਸ਼ ਕਰਦੇ। ਸਰ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਭੁਪਿੰਦਰ ਸਿੰਘ ਜੀ, ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ ਉੱਥੇ? ਹੋ ਗਏ ਮਤਲਬ ਤਕਰੀਬਨ ਜਦੋਂ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਵਾ ਨਾ, 3-4 ਸਾਲ ਹੋ ਗਏ ਆ। ਅੱਛਾ, ਤਕਰੀਬਨ 5 ਸਾਲ ਹੀ ਹੋ ਚੱਲੇ ਆ। ਤਾਂ ਪਹਿਲਾਂ ਤੇ ਸਰਦਾਰ ਸਾਹਿਬ ਪ੍ਰਗਟ ਸਿੰਘ ਹੁਣੀ ਬਾਹਰ ਰਹਿੰਦੇ ਹੁੰਦੇ ਸੀਗੇ? ਹਾਂਜੀ ਹਾਂਜੀ, ਬਾਹਰ ਡਬਈ ਰਹਿੰਦੇ ਹੁੰਦੇ ਸੀਗੇ। ਓਕੇ, ਤੇ ਤੁਸੀਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਜਿਹੜੀ NIA ਦੀ ਰੇਡ ਰੂਟ ਹੋਈ ਆ? ਵੇਖੋ ਤਕਰੀਬਨ ਮੈਂ ਤੇ 9:15 ਵਜੇ ਦੁਕਾਨ ਤੇ ਆਇਆ, ਅੱਜ ਥੋੜਾ ਲੇਟ ਸੀ, ਘਰੋਂ ਲੇਟ ਆ। ਹਾਂ, ਇਹ ਤੇ ਸਵੇਰੇ ਸਵਖਤੇ ਦੀ ਗੱਲ ਆ। ਹਾਂਜੀ, 5:30-6 ਤਕਰੀਬਨ 6 ਵਜੇ। ਤਾਂ ਬਿਲਕੁਲ ਅਸੀਂ ਜਿਹੜੀ ਆ ਧੱਕਾ ਹੀ ਆ ਨਾ, ਧੱਕਾ ਹੈ, ਆ ਤੇ ਧੱਕਾ ਹੀ ਆ। ਕਿਉਂ ਤੁਹਾਨੂੰ ਕਿਉਂ ਲੱਗਦਾ ਜੀ ਕਿ ਕੋਈ ਮਿਲਿਆ ਜਾਂ ਕਿਸ ਕਰਕੇ ਰੇਟ ਹੋਈ ਹੋਊਗੀ? ਨਹੀਂ ਇਸ ਚੀਜ਼ ਬਾਰੇ ਨਹੀਂ ਪਤਾ, ਮੈਂ ਤੁਹਾਨੂੰ ਕਹੀਏ ਝੂਠੀ ਗੱਲ ਵੀ ਝੂਠ ਮਾਰ ਦਈਏ ਫਿਰ ਝੂਠ ਤੇ ਝੂਠ ਹੀ ਹੋ ਜਾਣਾ ਨਾ, ਕਿਉਂ ਆਦਤ ਨਹੀਂ ਝੂਠ ਮਾਰਨ ਦੀ, ਜਿਹੜੀ ਗੱਲ ਸੱਚੀ। ਇਹ ਤੇ ਆਪਣਾ ਕੰਮਕਾਰ ਹੀ ਕਰਦੇ ਆ ਨਾ ਬਸ, ਹੋਰ ਤੇ ਕੀ। ਹਾਂਜੀ ਹਾਂਜੀ ਹਾਂਜੀ, ਅਸੀਂ ਕੰਮ ਹੀ। ਨਹੀਂ ਨਹੀਂ, ਸਰਦਾਰ ਸਾਹਿਬ ਪ੍ਰਗਟ ਸਿੰਘ ਹੁਣੀ ਜਿਹੜੇ ਨੇ, ਹਾਂਜੀ ਇਹ ਤੇ ਆਪਣਾ ਕੰਮਕਾਰ ਹੀ ਕਰਦੇ, ਕਿ ਗੱਲਬਾਤ 'ਚ ਵਾਦ ਵਿਵਾਦ 'ਚ ਨਹੀਂ ਹੈ? ਨਹੀਂ ਜੀ ਨਹੀਂ, ਆਪਣੇ ਕਾਰੋਬਾਰ ਨਾਲ ਜੇ ਸੰਬੰਧ ਰੱਖੀ ਦਾ। ਬਿਲਕੁਲ, ਇੱਥੇ ਆਪਣੇ ਕਾਰੋਬਾਰ ਜੋ ਉਹਨਾਂ ਦੀ ਦੁਕਾਨ 'ਤੇ ਲੜਕੇ ਕੰਮ ਕਰਦੇ ਨੇ ਜਿਹੜੇ ਆਸ ਪੜੋਸ ਦੇ, ਅਤੇ ਅਸੀਂ ਕੋਸ਼ਿਸ਼ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨ ਦੀ ਕੀਤੀ ਸੀ ਕਿ ਅਸੀਂ ਵੀ ਅੰਦਰ ਜਿਸ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ ਹੈ ਤਾਂ ਦਰਵਾਜ਼ਾ ਉਹਨਾਂ ਨੇ ਜਿਹੜੀ ਹੈ ਇੱਕ ਵਾਰੀ ਫਿਰ ਬੰਦ ਕਰ ਲਿਆ, ਤਾਂ ਇਹ ਸਿੱਧੀ ਬੱਚੇ ਜ਼ਰੂਰ ਘਰ ਨੇ ਤਾਂ ਉਹ ਮਨਾ ਕਰ ਰਹੇ ਨੇ, ਤਾਂ ਇਹ ਜਿਹੜੀ ਹਾਲਾਂਕਿ ਸਾਡੇ ਕੋਲ ਜਿਹੜੀ ਅੰਦਰੋਂ ਫੋਲਾ ਫਾਲੀ ਹੋਈ ਆ ਉਸ ਦੀਆਂ ਤਸਵੀਰਾਂ ਜ਼ਰੂਰ ਸਾਡੇ ਕੋਲ ਮੌਜੂਦ ਨੇ, ਪਰ ਅੱਜ ਜਿਹੜੀ ਇਸ ਜਗ੍ਹਾ 'ਤੇ ਰੇਡ ਕੀਤੀ ਗਈ ਹੈ ਤਾਂ NIA ਦੀਆਂ ਟੀਮਾਂ ਨੇ ਸਵੇਰੇ ਤੜਕੇ 5 ਵਜੇ ਦਸਤਕ ਦਿੱਤੀ। ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਇਹ ਚਾਚਾ ਜੀ ਜਿਹੜੇ ਨੇ ਸਰਦਾਰ ਪ੍ਰਗਟ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ, ਪਹਿਲਾਂ ਡਬਈ ਰਹਿੰਦੇ ਸੀ, ਇਸ ਪਾਸੇ ਜਿਹੜਾ ਰਈਆ ਕਸਬਾ ਹੈ ਅਤੇ ਜੱਲੂਪੁਰ ਪਿੰਡ, ਇਸ ਪਾਸੇ ਜਿਹੜਾ ਅੰਮ੍ਰਿਤਪਾਲ ਦਾ ਜਿਹੜਾ ਪਿੰਡ, ਇੱਥੋਂ 4 ਕੁ ਕਿਲੋਮੀਟਰ ਦੂਰੀ 'ਤੇ ਆ, ਇਹ ਸੜਕ ਵੀ ਇਸਰੋਂ ਵੀ ਜਾਂਦੀ ਹੈ ਅਤੇ ਰਈਏ ਨਹਿਰ ਵਾਲੇ ਪੁਲ ਥਾਣੀ ਵੀ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਰਸਤਾ ਜਾਂਦਾ ਹੈ। ਤਾਂ ਅੱਜ ਸਵੇਰੇ ਕਿਉਂਕਿ ਅੰਮ੍ਰਿਤਪਾਲ ਜਿਹੜੇ ਨੇ ਲਗਾਤਾਰ ਜਦੋਂ ਦੇ ਸੰਸਦ ਮੈਂਬਰ ਚੁਣੇ ਗਏ ਨੇ ਲੋਕ ਸਭਾ ਦੇ ਆਜ਼ਾਦ ਖਡੂਰ ਸਾਹਿਬ ਤੋਂ, ਉਸ ਤੋਂ ਪਹਿਲਾਂ ਵੀ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਤਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਤੱਕ ਪਹੁੰਚ ਕੀਤੀ ਹੈ ਵਿਦੇਸ਼ੀ ਫੰਡਿੰਗ ਨੂੰ ਲੈ ਕੇ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ। ਤਾਂ ਹਾਲਾਂਕਿ ਕੁਝ ਬਰਾਮਦ ਹੋਇਆ ਜਾਂ ਨਹੀਂ ਹੋਇਆ, NIA ਦੀ ਟੀਮ ਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਜਿਹੜੀ ਆ ਨਹੀਂ ਸਾਂਝੀ ਕੀਤੀ। ਅੰਮ੍ਰਿਤਪਾਲ ਜਿਹੜੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ NSA ਦੇ ਤਹਿਤ, ਅਤੇ NSA ਦੇ ਤਹਿਤ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਲਗਾਤਾਰ NSA ਵਧਾਇਆ ਗਿਆ, ਅਤੇ ਅੰਮ੍ਰਿਤਪਾਲ ਦੇ ਪਿਤਾ ਸਰਦਾਰ ਤਰਸੇਮ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਹੈ। ਤਾਂ ਪ੍ਰਗਟ ਸਿੰਘ ਇੱਥੇ ਰਹੀਏ ਅਤੇ ਇੱਥੇ ਰੇਡ ਹੋਈ ਹੈ, ਇੱਕ ਬਤਾਲਾ ਪਿੰਡ ਦੇ ਵਿੱਚ ਰੇਡ ਹੋਈ ਹੈ, ਉਹ ਵੀ ਅੰਮ੍ਰਿਤਪਾਲ ਦੇ ਜਿਹੜੇ ਨੇ ਉਹਨਾਂ ਦੇ ਪਰਿਵਾਰ ਦੇ ਜਵਾਈ ਦੱਸੇ ਜਾਂਦੇ ਨੇ, ਇੱਕ ਉਹਨਾਂ ਦੇ ਅੱਗੇ ਜਿਹੜੇ ਰਿਸ਼ਤੇਦਾਰ ਨੇ ਚੌਂਕ ਮਹਿਤਾ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਘਰ ਜਿਹੜੀ ਰੇਡ ਆ ਹੋਈ ਹੈ। ਤਾਂ ਇਸ ਤੋਂ ਇਲਾਵਾ ਜੋ ਜਾਣਕਾਰੀ ਮਿਲ ਰਹੀ ਹੈ, ਅੰਮ੍ਰਿਤਪਾਲ ਦੇ ਸਾਥੀ ਦੱਸੇ ਜਾਂਦੇ ਨੇ, ਇਸ ਤੋਂ ਇਲਾਵਾ ਮੋਗਾ ਦੇ ਵਿੱਚ ਇੱਕ ਕਮਿਸ਼ਨਰ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਰੇਡ ਹੋਈ ਦੱਸੀ ਜਾਂਦੀ ਹੈ। ਬਟਾਲਾ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਹੈ ਉੱਥੇ ਪਿੰਡ ਮਚਰਾਵਾ ਭਾਂਬੜੀ ਅਤੇ ਘੁਮਾਣ ਦੇ ਵਿੱਚ ਵੀ ਇੱਕ ਰੇਡ ਜਿਹੜੀ ਹੋਈ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡਰ ਏਰੀਆ ਦੇ ਵਿੱਚ ਵੀ NIA ਨੇ ਜਿਹੜੀ ਅੱਜ ਸਵੇਰੇ ਦਸਤਕ ਦਿੱਤੀ ਸੀ। ਤਾਂ ਤਮਾਮ ਇਹ ਥਾਵਾਂ ਨੇ ਜਿੱਥੇ
ਅੰਮ੍ਰਿਤਪਾਲ ਦੇ ਨਾਲ ਜੁੜੇ ਜਿਹੜੇ ਜਾਂ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਵੱਲ ਜਿਹੜੀ ਐੱਨ ਆਈ ਏ ਦੀਆਂ ਟੀਮਾਂ ਨੇ ਰੇਡ ਦਿੱਤੀ ਹੈ ਅਤੇ ਐੱਨ ਆਈ ਏ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਕਰਦੀ ਰਹੀ ਹੈ ਤਾਂ ਵਿਦੇਸ਼ੀ ਫੰਡਿੰਗ ਨਾਲ ਜੁੜੀਆਂ ਜਾਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸ਼ ਨੂੰ ਕਮਜ਼ੋਰ ਕਰਨੀਆਂ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ਼ ਜਿਹੜੀ ਐੱਨ ਆਈ ਏ ਕਾਰਵਾਈ ਵਿੰਡਦੀ ਹੈ ਤਾਂ ਜਿਹੜੇ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਜ਼ਰੂਰ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਿਰਫ ਇੱਥੇ ਉਹ ਆਪਣਾ ਕਾਰੋਬਾਰ ਕਰਦੇ ਨੇ ਫਰਨੀਚਰ ਦਾ ਕਾਰੋਬਾਰ ਕਰਦੇ ਨੇ ਅਤੇ ਅਜਿਹੇ ਦੇ ਵਿੱਚ ਜਿਹੜੀ ਇਹ ਕਾਰਵਾਈ ਕਿਤੇ ਨਾ ਕਿਤੇ ਇਸਨੂੰ ਗਲਤ ਦੱਸਿਆ ਜਾ ਰਿਹਾ ਤਾਂ ਚਰਚਾਵਾਂ ਦੇ ਵਿੱਚ ਲਗਾਤਾਰ ਅੰਮ੍ਰਿਤਪਾਲ ਜਿਹੜੇ ਨੇ ਉਹ ਬਣੇ ਰਹਿੰਦੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਉਹ ਲੋਕ ਸਭਾ ਦੇ ਆਜ਼ਾਦ ਤੌਰ 'ਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਪਰ ਹੁਣ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਅੰਮ੍ਰਿਤਪਾਲ ਦੇ ਜਿਹੜੇ ਭਰਾ ਸੀ ਜਿਹੜੇ ਅੰਮ੍ਰਿਤਪਾਲ ਤੋਂ ਵੱਡੇ ਬ੍ਰਦਰ ਸੀ ਉਹਨਾਂ ਨੂੰ ਵੀ ਫਲੋਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇੱਕ ਨਸ਼ੀਲੇ ਪਦਾਰਥ ਦੇ ਨਾਲ ਆਈਸ ਨਾਮ ਦਾ ਪਦਾਰਥ ਦੱਸਿਆ ਜਾਂਦਾ ਸੀ 4 ਗ੍ਰਾਮ ਆਈਸ ਬਰਾਮਦ ਹੋਈ ਸੀ ਜ਼ਮਾਨਤ ਬਾਅਦ ਦੇ ਵਿੱਚ ਉਹਨਾਂ ਦੀ ਹੋ ਗਈ ਉਸ ਤੋਂ ਬਾਅਦ ਹੁਣ ਫਿਰ ਇੱਕ ਵਾਰੀ ਅੰਮ੍ਰਿਤਪਾਲ ਜਿਹੜੇ ਰਿਸ਼ਤੇਦਾਰ ਨੇ ਏਜੰਸੀਆਂ ਦੀ ਰਡਾਰ 'ਤੇ ਆਏ ਨੇ ਅਤੇ ਉਹਨਾਂ ਦੇ ਖਿਲਾਫ਼ ਐੱਨ ਆਈ ਏ ਨੇ ਦਸਤਕ ਦਿੱਤੀ ਹੈ ਘਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਜਾਣ ਦੀ ਕਿ ਜਿਸ ਜਗ੍ਹਾ 'ਤੇ ਰੇਡ ਹੋਈ ਹੈ ਪਰ ਕਿਉਂਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਇਸ ਕਰਕੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਅਸੀਂ ਜਿਹੜੇ ਕੋਸ਼ਿਸ਼ ਕਰਦੇ ਹਾਂ ਜਿਹੜੇ ਨਾਲ ਸਾਡੇ ਸਾਨੂੰ ਗੱਲਬਾਤ ਅਸੀਂ ਕੀਤੀ ਸੀ ਤਾਂ ਸਰਦਾਰ ਜੀ ਤੁਸੀਂ ਵੀ ਨਾਲ ਆ ਜਾਓ ਇੱਕ ਮਿੰਟ ਤਾਂ ਅਸੀਂ ਦਿਖਾਉਂਦੇ ਹਾਂ ਜਿਸ ਜਗ੍ਹਾ 'ਤੇ ਫੋਲਾ ਫਾਲੀ ਜਿਹੜੀ ਕੀਤੀ ਹੈ ਕਿਉਂਕਿ ਘਰ ਦੇ ਵਿੱਚ ਇਹ ਤਸਵੀਰਾਂ ਨੇ ਕਿਉਂਕਿ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜੇ ਦਿਖਾ ਦਿਓ ਕਿਉਂਕਿ ਐੱਨ ਆਈ ਏ ਰੇਡ ਕਰਕੇ ਤਾਂ ਜਿਹੜਾ ਸਮਾਨ ਇਸ ਜਗ੍ਹਾ 'ਤੇ ਤੁਸੀਂ ਦੇਖ ਸਕਦੇ ਹੋ ਖਿਲ ਰਿਹਾ ਪਿਆ ਹੈ ਸਾਰੇ ਘਰ ਦੇ ਵਿੱਚ ਕਿਸ ਤਰ੍ਹਾਂ ਫੋਲਾ ਫਾਲੀ ਜਿਹੜੀ ਕੀਤੀ ਗਈ ਹੈ ਹਰ ਸਮਾਨ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਚੱਲ ਰਿਹਾ ਉਹਨਾਂ ਦੇ ਧਰਮ ਪਤਨੀ ਅਮਰਜੀਤ ਕੌਰ ਜਿਹੜੇ ਸੀ ਉਹ ਮੌਜੂਦ ਸੀ ਸਾਰਾ ਸਮਾਨ ਜਿਹੜਾ ਹੈ ਉਹ ਅੱਜ ਸਵੇਰੇ ਐੱਨ ਆਈ ਏ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਅਤੇ ਉਹਨਾਂ ਨੇ ਜਿਹੜੀ ਹੈ ਫੋਲਾ ਫਾਲੀ ਕਿਸ ਲੈਵਲ 'ਤੇ ਕੀਤੀ ਹੈ ਤੁਹਾਨੂੰ ਇਸ ਕਮਰੇ 'ਚ ਵੀ ਦਿਖਾਉਂਦੇ ਹਾਂ ਕਿ ਕਿਵੇਂ ਜਿਹੜੀ ਕਿਸ ਕਿਸਮ ਦਾ ਉਹਨਾਂ ਨੂੰ ਸ਼ੱਕ ਸੀ ਅਤੇ ਇਸ ਜਗ੍ਹਾ 'ਤੇ ਵੀ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਸਾਰਾ ਸਮਾਨ ਜਿਹੜਾ ਹੈ ਉਹ ਖਿਲ ਰਿਹਾ ਹੋਇਆ ਹੈ ਅਤੇ ਜਿਹੜੇ ਬੈੱਡਾਂ ਦੇ ਵਿੱਚੋਂ ਜਿਹੜੀ ਹੈ ਉਹਨਾਂ ਨੇ ਫੋਲਾ ਫਾਲੀ ਕੀਤੀ ਹੈ ਹਰ ਚੀਜ਼ ਦੇ ਉੱਤੇ ਉਹਨਾਂ ਨੇ ਜੇ ਗੱਲ ਕੀਤੀ ਜਾਵੇ ਤਾਂ ਜਾਂਚ ਕੀਤੀ ਹੈ ਤਾਂ ਸਮਾਨ ਨੂੰ ਖਿਲਾਰਿਆ ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਜਿਹੜੇ ਧਰਮ ਪਤਨੀ ਸੀ ਸਰਦਾਰ ਪ੍ਰਗਟ ਸਿੰਘ ਹੋਣਾ ਦੇ ਅਮਰਜੀਤ ਕੌਰ ਹੋਣੀ ਉਹਨਾਂ ਨੂੰ ਆਪਣੇ ਨਾਲ ਲੈ ਗਏ ਨੇ ਕਿਉਂਕਿ ਬਿਆਸ ਪੁਲਿਸ ਵੀ ਨਾਲ ਸੀ ਬਿਆਸ ਥਾਣੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਘਰ ਦੇ ਜਿੰਨਾ ਵੀ ਸਮਾਨ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਖਿਲ ਰਿਹਾ ਹੋਇਆ ਹੈ ਔਰ ਹਰ ਜਗ੍ਹਾ ਦੇ ਉੱਤੇ ਹਰ ਕੋਨੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਕੀਤੀ ਗਈ ਹੈ ਤਾਂ ਇਹ ਸਾਰੀਆਂ ਤਸਵੀਰਾਂ ਜੇ ਗੱਲ ਕੀਤੀ ਜਾਵੇ ਤਾਂ ਸਰਦਾਰ ਪ੍ਰਗਟ ਸਿੰਘ ਹੋਣਾ ਦੇ ਘਰ ਦੀਆਂ ਨੇ ਇੱਕ ਕਮਰਾ ਇਸ ਪਾਸੇ ਵੀ ਹੈ ਕੈਮਰਾ ਪਰਸਨ ਜਿਹੜੇ ਨੇ ਦਿਖਾ ਸਕਦੇ ਨੇ ਇਸ ਜਗ੍ਹਾ ਦੇ ਉੱਤੇ ਵੀ ਜਿਹੜੀ ਆ ਸਾਰੇ ਸਮਾਨ ਦੀ ਖਲਾਰਾ ਜਿਹੜਾ ਉਸੇ ਤਰ੍ਹਾਂ ਹੀ ਪਿਆ ਹੈ ਹਰ ਜਗ੍ਹਾ ਦੇ ਉੱਤੇ ਜਿਹੜੀ ਐੱਨ ਆਈ ਏ ਦੀਆਂ ਟੀਮਾਂ ਨੇ ਜਾਂਚ ਕੀਤੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹਾਂ ਕਿ ਕਿਸ ਲੈਵਲ ਦੀ ਜਿਹੜੀ ਚੈਕਿੰਗ ਹੋਈ ਸੀ ਔਰ ਹਰ ਕਮਰੇ ਦੇ ਵਿੱਚ ਘਰ ਦੇ 3 ਕਮਰੇ ਨੇ ਔਰ 3 ਕਮਰਿਆਂ ਦੇ ਵਿੱਚ ਜਿਹੜੇ ਜਿੱਥੇ ਬੈੱਡ ਪਏ ਸੀ ਬਿਸਤਰੇ ਪਏ ਸੀ ਜਾਂ ਜਿੱਥੇ 'ਤੇ ਵੀ ਸਮਾਨ ਜਿਸ ਤਰ੍ਹਾਂ ਘਰਾਂ ਦੇ ਵਿੱਚ ਪਿਆ ਹੁੰਦਾ ਹੈ ਤਾਂ ਉਹਨਾਂ ਨੂੰ ਚੈੱਕ ਕਰਕੇ ਜਾਂਚ ਕੀਤੀ ਗਈ ਹਾਲਾਂਕਿ ਕੁਝ ਜੀ ਆ ਬੈੱਡਾਂ ਦੇ ਵਿੱਚੋਂ ਕੱਢ ਕੱਢ ਕੇ ਸਮਾਨ ਸਾਰਾ ਬਾਹਰ ਸੁੱਟਿਆ ਬੈੱਡਾਂ 'ਚੋਂ ਕੱਢਿਆ ਸਾਰਾ ਗਿਆ ਕੱਢ ਕੱਢ ਕੇ ਉੱਤੇ ਪਿਆ ਲਈ ਚਲੋ ਉੱਤੇ ਸਾਂਭ ਲੈਣਗੇ ਬਾਹਰ ਚੈੱਕ ਕਰਨ ਨੂੰ ਕੋਈ ਲੈ ਕੇ ਤਾਂ ਨਹੀਂ ਗਈ ਕੋਈ ਮਿਲਿਆ ਤਾਂ ਨਹੀਂ ਉਹਨਾਂ ਨੂੰ ਉਹ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਖਾਣ ਵਾਲੀ ਉਹਨਾਂ ਦੇ ਜਿਹੜੀ ਕੋਈ ਕੰਮ ਦੀ ਹੋਊਗੀ ਉਹ ਲੈ ਗਏ ਹੋਣਗੇ ਸਾਨੂੰ ਉਹ ਵੀ ਦੱਸ ਨਹੀਂ ਰਹੇ ਤਾਂ ਬਿਲਕੁਲ ਜੋ ਅਜੇ ਤੱਕ ਅਫੀਸ਼ੀਅਲ ਵਰਜ਼ਨ ਕੋਈ ਵੀ ਨਹੀਂ ਆਇਆ ਕਿ ਜੇਕਰ ਉਹਨਾਂ ਨੂੰ ਕੋਈ ਸਮਾਨ ਘਰ ਦੇ ਵਿੱਚੋਂ ਮਿਲਿਆ ਹੈ ਜਾਂ ਨਹੀਂ ਪਰ ਘਰ ਦੀ ਜਿਸ ਤਰ੍ਹਾਂ 3 ਬੈੱਡਰੂਮ ਨੇ ਘਰ ਦੇ ਜਿਸ ਤਰ੍ਹਾਂ ਘਰ ਦੀ ਫੋਲਾ ਫਾਲੀ ਕੀਤੀ ਗਈ ਹੈ ਉਸ ਤੋਂ ਸਾਫ਼ ਪਤਾ ਲੱਗਦਾ ਕਿ ਕਿਸ ਲੈਵਲ ਦੀ ਕਿਸ ਪੱਧਰ ਦੀ ਇਹ ਰੇਡ ਹੋਈ ਹੋਵੇਗੀ ਐੱਨ ਆਈ ਏ ਦੀ ਜਿਹੜੀ ਰੇਡ ਹੈ
ਕਿਉਂਕਿ ਹਰ ਸਮਾਨ ਨੂੰ ਚੈੱਕ ਕੀਤਾ ਗਿਆ ਹੈ। ਚਾਰ ਜਗ੍ਹਾ ਦੇ ਉੱਤੇ ਬੈੱਡ ਲੱਗੇ ਹੋਏ ਨੇ ਜਿਹੜੇ, ਅਤੇ ਹਰ ਜਗ੍ਹਾ 'ਤੇ ਦੀਵਾਨ ਬੈੱਡ ਦੇ ਵਿੱਚ ਸਮਾਨ ਜਿਹੜਾ ਸੀ ਸਾਰਾ ਕੱਢ ਕੇ ਬਾਹਰ ਰੱਖਿਆ ਹੋਇਆ ਹੈ। ਅਲਮਾਰੀਆਂ ਜਿਹੜੀਆਂ ਨੇ ਉਹਨਾਂ ਦੀ ਅਲਮਾਰੀਆਂ ਦੀ ਜਿਹੜੀ ਇਸ ਕਮਰੇ ਦੇ ਵਿੱਚ ਦਿਖਾਉਂਦੇ ਹਾਂ ਕਿ ਅਲਮਾਰੀਆਂ ਜਿਹੜੀਆਂ ਨੇ ਉਹਨਾਂ ਦੀ ਕਿਵੇਂ ਫੋਲਾਫਾਲੀ ਜਿਹੜੀ ਹੈ ਉਸ ਜਗ੍ਹਾ ਦੇ ਉੱਤੇ ਕੀਤੀ ਗਈ ਹੈ। ਤਾਂ ਸਾਰਾ ਸਮਾਨ ਜਿਹੜਾ ਹੈ ਪਤਾ ਲੱਗਦਾ ਹੈ ਕਿ ਕਿਸ ਲੈਵਲ ਦੀ ਜਿਹੜੀ ਇਹ ਰੇਡ ਰਹੀ ਹੋਵੇਗੀ। ਸਵੇਰੇ ਤੜਕੇ ਜਿਹੜੀਆਂ NIE ਦੀਆਂ ਟੀਮਾਂ ਪਹੁੰਚਦੀਆਂ ਨੇ ਤਾਂ ਉਹ ਪਹੁੰਚ ਕੇ ਕਿਵੇਂ ਇਸ ਜਗ੍ਹਾ 'ਤੇ ਰੇਡ ਦਿੰਦੀਆਂ। ਤਾਂ ਬਿਆਸ ਥਾਣੇ ਦੇ ਵਿੱਚ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ। ਸਰਦਾਰ ਪ੍ਰਗਟ ਸਿੰਘ ਹੁਣੀ ਜਿਹੜੇ ਸੀ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ, ਅਤੇ ਸਮਾਨ ਕਿਉਂਕਿ ਘਰ ਦੇ ਜਿਹੜੇ ਮੋਹਤਬਾਰ ਨੇ, ਘਰ ਦੇ ਜਿਹੜੇ ਮਾਲਕ ਨੇ ਜੀ, ਕੈਮਰੇ ਵਾਲਾ ਅਤੇ ਇੱਕ ਮੋਬਾਈਲ, ਹੋਰ ਇੱਕ ਹੋਰ ਕੀ ਹਾਸਲ ਕੀਤੀ ਹੈ। DVR ਲੈ ਗਏ ਨੇ ਤੇ ਮੋਬਾਈਲ ਫੋਨ ਜਿਹੜੇ ਨੇ ਉਹ ਲੈ ਗਏ ਨੇ, ਤਾਂ ਆਪਣੇ ਨਾਲ ਕਿਉਂਕਿ ਉਸਦੀ ਵੀ ਉਹਨਾਂ ਨੇ ਜਾਂਚ ਕਰਨੀ ਹੈ। ਤਾਂ ਇਸ ਬਾਰੇ NIE ਦੀ ਸਟੇਟਮੈਂਟ ਅਜੇ ਸਾਡੇ ਕੋਲ ਨਹੀਂ ਆਈ, ਉਹ ਵੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਪਰ ਅੰਮ੍ਰਿਤਸਰ ਤੋਂ ਰਈਆ ਜਿਹੜਾ ਹੈ ਤਕਰੀਬਨ 36 ਕਿਲੋਮੀਟਰ ਦੂਰ ਹੈ, ਅਤੇ ਇੱਥੇ ਜੋ ਰੇਡ ਅੱਜ ਕੀਤੀ ਗਈ ਹੈ ਇਸ ਰੇਡ ਦੇ ਵਿੱਚ ਕਿਸ ਲੈਵਲ ਦੀ ਚੈਕਿੰਗ ਕੀਤੀ ਗਈ? ਅੰਮ੍ਰਿਤਪਾਲ ਦੇ ਨਾਲ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਭਾਵੇਂ ਪਿੰਡ ਉਹ ਬਤਾਲਾ ਦੇ ਵਿੱਚ ਰਹਿੰਦੇ ਹੋਣ, ਮਹਿਤਾ ਚੌਂਕ 'ਚ ਰਹਿੰਦੇ ਹੋਣ, ਰਿਸ਼ਤੇਦਾਰਾਂ ਦੇ ਅੱਗੇ ਜਿਹੜੇ ਰਿਸ਼ਤੇਦਾਰ ਨੇ, ਜਿਵੇਂ ਪਿੰਡ ਬਤਾਲਾ ਦੇ ਵਿੱਚ ਅੰਮ੍ਰਿਤਪਾਲ ਦੇ ਪਰਿਵਾਰ ਦੇ ਜਿਹੜੇ ਜਵਾਈ ਨੇ, ਜੀਜਾ ਜੀ ਉਹਨਾਂ ਦੇ ਨੇ, ਉਹਨਾਂ ਦੇ ਘਰ ਰੇਡ ਹੋਈ ਹੈ। ਅੱਗੇ ਉਹਨਾਂ ਦੇ ਜੀਜਾ ਦੇ ਅੱਗੇ ਜਿਹੜੇ ਜੀਜਾ ਜੀ ਨੇ ਜਿਹੜੇ ਮਹਿਤਾ ਚੌਂਕ 'ਚ ਰਹਿੰਦੇ ਨੇ, ਉੱਥੇ ਵੀ ਰੇਡ ਹੋਈ ਹੈ। ਮੋਗਾ ਦੇ ਸਮਾਲਸਰ ਨੇੜੇ ਇੱਕ ਕਵੀਸ਼ਰ ਨੇ, ਦੱਸਿਆ ਜਾਂਦਾ ਹੈ ਕਿ ਉਹ ਵੀ ਸਾਥੀ ਨੇ ਅੰਮ੍ਰਿਤਪਾਲ ਦੇ, ਉਹਨਾਂ ਦੇ ਘਰ ਵੀ NIE ਦੀ ਰੇਡ ਹੋਈ ਹੈ। ਬਟਾਲਾ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਦੇ 3 ਜਗ੍ਹਾ ਦੇ ਉੱਤੇ ਘੁਮਾਣ ਦੇ ਵਿੱਚ, ਪਿੰਡ ਘੁਮਾਣ, ਭਾਂਬੜੀ ਅਤੇ ਮਚਰਾਵਾਂ ਦੇ ਵਿੱਚ ਵੀ NIE ਦੀਆਂ ਟੀਮਾਂ ਨੇ ਦਸਤਕ ਦਿੱਤੀ। ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਦੇ ਵਿੱਚ ਪ੍ਰਿੰਸ ਨਾਮ ਦਾ ਇੱਕ ਲੜਕਾ ਹੈ, ਹਾਲਾਂਕਿ ਪੂਰਾ ਨਾਮ ਉਹਦਾ ਨਹੀਂ ਸਾਹਮਣੇ ਆਇਆ, ਉਹਨਾਂ ਦੇ ਘਰ ਵੀ ਜਿਹੜੀ ਰੇਡ ਕੀਤੀ ਹੈ। ਤਾਂ ਇਹਨਾਂ ਰੇਡਾਂ ਦੇ ਵਿੱਚੋਂ ਪੁਲਿਸ ਨੂੰ ਕੀ ਮਿਲਿਆ, NIE ਨੂੰ ਕੀ ਮਿਲਿਆ, ਇਸ ਬਾਰੇ ਹਾਲੇ ਤੱਕ ਨਹੀਂ ਜਾਣਕਾਰੀ ਸਾਹਮਣੇ ਆਈ। ਪਰ ਲਗਾਤਾਰ ਇਸ ਦੇ ਉੱਤੇ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ। NIE ਦੀ ਟੀਮ ਜਿਹੜੀ ਆ, ਅਮਰਜੀਤ ਕੌਰ ਜਿਹੜੀ ਇਸ ਘਰ ਦੇ ਮਾਲਕ ਨੇ, ਸਰਦਾਰ ਪ੍ਰਗਟ ਸਿੰਘ ਸੰਧੂ ਹੋਣਾ ਦੇ ਧਰਮ ਪਤਨੀ ਨੇ, ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕਰ ਰਹੇ ਨੇ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।